ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ 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 ਜਿਸ ਡਿਠੈ ਸਭ ਦੁੱਖ ਜਾਏ ਜਿਸ ਡਿਠੈ ਸਭ ਦੁੱਖ ਜਾਏ ਜਿਸ ਡਿਠੈ ਸਭ ਦੁੱਖ ਜਾਏ ਸੜਿਟ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਾਈਏ ਸ਼੍ਰੀ ਹਰਿ ਕ੍ਰਿਸ਼ਨ ਧਾਈਏ ਸ਼੍ਰੀ ਹਰਿ ਕ੍ਰਿਸ਼ਨ ਧਾਈਏ ਸ਼੍ਰੀ ਹਰਿ ਕ੍ਰਿਸ਼ਨ ਧਾਈਏ ਵਾਹਿਗੁਰੂ ਬਾਲਾ ਪ੍ਰੀਤਮ ਬਾਲ ਗੁਰੂ ਸਾਹਿਬ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ 8ਵੇਂ ਪਾਤਸ਼ਾਹ 1652 ਈਸਵੀ ਨੂੰ 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਗ੍ਰਹਿ ਵਿਖੇ ਅਤੇ ਮਾਤਾ ਸਤਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ 1652 ਈਸਵੀ ਨੂੰ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪ੍ਰਕਾਸ਼ ਧਾਰਨ ਕੀਤਾ ਸਤਗੁਰਾਂ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਛੋਟੀ ਆਈਯੂ ਦੇ ਵਿੱਚ ਜੋ ਗੁਰੂ ਨਾਨਕ ਪਤਾ ਮਹਾਰਾ ਸੱਜੇ ਪਾਤਸ਼ਾਹ ਜੀ ਨੇ ਨਿਰਮਲ ਪੰਥ ਜਲਾਇਆ ਸੀ ਛੋਟੀ ਅਵਸਥਾ ਵਿੱਚ ਉਸ ਮਹਾਨ ਪੰਥ ਦੀ ਅਗਵਾਈ ਕੀਤੀ ਔਰ ਛੋਟੀ ਅਵਸਥਾ ਅੰਦਰ ਹੀ ਐਸੀ ਯੋਗਤਾ ਐਸੀ ਸੂਝ ਐਸੀ ਸਿਆਣਪ ਐਸੀ ਦ੍ਰਿੜਤਾ ਐਸੇ ਭਰੋਸੇ ਦੇ ਨਾਲ ਅਗਵਾਈ ਕੀਤੀ ਕਿ ਸਤਗੁਰਾਂ ਦੀਆਂ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੋਈਆਂ 5 ਸਾਲ ਦੀ ਉਮਰ ਆ ਵਿੱਚ ਸਤਿਗੁਰਾਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ 1661 ਈਸਵੀ ਵਿੱਚ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਤਾ ਗੱਦੀ ਤੇ ਸੁਭਾਏਮਾਨ ਬਿਰਾਜਮਾਨ ਹੋਏ ਔਰ ਉਸ ਸਮੇਂ ਤੋਂ ਹੀ ਸਤਿਗੁਰਾਂ ਨੇ ਨਿਰਮਲ ਪੰਥ ਨੂੰ ਜਿਵੇਂ ਪਿਛਲੇ ਸਤਿਗੁਰਾਂ ਨੇ ਚੜ੍ਹਦੀ ਕਲਾ ਅਨੁਸਾਰ ਚਲਾਇਆ ਉਸੇ ਤਰ੍ਹਾਂ ਸਤਿਗੁਰਾਂ ਨੇ ਬਖਸ਼ੀ ਹੋਈ ਗੁਰਮਤਿ ਦੇ ਰਹਿਣੀ ਬਹਿਣੀ ਕਹਿਣੀ ਸਹਿਣੀ ਵਿੱਚ ਲੀਨ ਹੋ ਕਰਕੇ ਇਸ ਮਹਾਨ ਪੰਥ ਨੂੰ ਅੱਗੇ ਵਧਾਉਣਾ ਕੀਤਾ ਔਰ ਬੇਅੰਤ ਬਖਸ਼ਿਸ਼ਾਂ ਕੀਤੀਆਂ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਹੀ ਇੱਕ ਸੇਠ ਜੋ ਰਾਜਾ ਰਾਮ ਸੀ ਇਹ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਜਨਮ ਸਮੇਂ ਤੋਂ ਹੀ ਮਾਰ ਦਿੰਦਾ ਸੀ ਸਤਿਗੁਰਾਂ ਨੇ ਹੁਕਮ ਕੀਤਾ ਇਹਨਾਂ ਨੂੰ ਆਪਣੇ పాਵਨ ਦਰਸ਼ਨ ਦੇਣ ਤੋਂ ਰੋਕ ਦਿੱਤਾ ਜਦੋਂ ਇਸ ਗੱਲ ਦੀ ਇਸ ਸੇਠ ਰਾਮ ਜੀ ਨੂੰ ਸੋਝੀ ਪਈ ਇਹਨੇ ਆਪਣੀ ਭੁੱਲ ਨੂੰ ਮੰਨਿਆ ਤੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋ ਕੇ ਬੇਨਤੀ ਕੀਤੀ ਸਤਿਗੁਰਾਂ ਨੇ ਤਾੜਨਾ ਕਰਕੇ ਗੁਰੂ ਦੀ ਸੰਗਤ ਵਿੱਚ ਉਹਨੂੰ ਮੁਆਫ ਕਰ ਦਿੱਤਾ ਉਸ ਤੋਂ ਅਪਰੰਤ ਇਸ ਧਰਤੀ ਦੀ ਦਿੱਲੀ ਦੀ ਧਰਤੀ ਤੇ ਸਤਿਗੁਰਾਂ ਨੇ ਪਾਵਨ ਪਵਿੱਤਰ ਚਰਨ ਪਾਏ ਔਰ ਇਸ ਸਮੇਂ ਅੰਤਲਾ ਸਮਾ ਜਾਣਦਿਆਂ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਇਸ ਦਿੱਲੀ ਦੀ ਧਰਤੀ ਤੇ ਬਿਰਾਜਮਾਨ ਹੋਏ ਔਰ ਸਮਾ ਐਸਾ ਬਣਿਆ ਇਸ ਧਰਤੀ ਤੇ ਉਦੋਂ ਚੇਚਕ ਦੀ ਬਿਮਾਰੀ ਫੈਲ ਗਈ ਔਰ ਸਤਿਗੁਰਾਂ ਨੇ ਦਿਨ ਰਾਤ ਰੋਗੀਆਂ ਦੀ ਜੋ ਗੁਰੂ ਦੇ ਬਖਸ਼ੀ ਹੋਈ ਦਾਤਾ ਸਨ ਗੁਰੂਆਂ ਕਿਆਂ ਬਖਸ਼ੀਆਂ ਹੋਈਆਂ ਮਾਨਤਾ ਸਨ ਉਹਨਾਂ ਨੂੰ ਵਰਤ ਕਰਕੇ ਤੇ ਗਰੀਬਾਂ ਦੀ ਸੇਵਾ ਕੀਤੀ ਰਾਤ ਦਿਨ ਇੱਕ ਮਿਹਨਤ ਕਰਕੇ ਸਤਿਗੁਰਾਂ ਨੇ ਗਰੀਬਾਂ ਦੀ ਸੇਵਾ ਕੀਤੀ ਅੰਤਲਾ ਸਮਾਂ ਸਤਿਗੁਰਾਂ ਦਾ ਆਇਆ ਸੇਵਾ ਸੇਵਾ ਦੌਰਾਨ ਹੀ ਸਤਿਗੁਰਾਂ ਨੂੰ ਇੱਕ ਦਿਨ ਤੇਜ਼ ਬੁਖਾਰ ਔਰ ਚੇਚਕ ਦੀ ਬਿਮਾਰੀ ਦੇ ਲੱਛਣ ਆਏ ਚਿਹਰੇ ਤੇ ਜਦੋਂ ਲੱਛਣ ਆਏ ਤੇ ਸਤਿਗੁਰਾਂ ਨੇ ਬਾਲਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ 1600 ਚੌਥੀ ਈਸਵੀ ਨੂੰ ਜੋਤੀ ਜੋਤ ਸਮਾਉਣਾ ਕੀਤਾ ਆ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਪ ਹੈ ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਨ ਸਾਹਿਬ ਜੀ ਵਿਖੇ ਜੁੜੀਆਂ ਹਨ ਸਮੂਹ ਸੰਗਤਾਂ ਵੱਲੋਂ ਅਤੇ ਰੱਬ ਦਾ ਰੇਡੀਓ ਵੱਲੋਂ ਸਮੂਹ ਸੰਸਾਰ ਵਿੱਚ ਵਸਦੀਆਂ ਹੋਈਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਹਿਬਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਪ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ ਆਓ ਇੱਕ ਵਾਰੀ ਫੇਰ ਸਹਿਬਾਂ ਦੇ ਪਾਵਨ ਭਜਨ ਪੜ ਕੇ ਸਮਾਪਤੀ ਕਰੀਏ ਜੀ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ 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 ਜਿਸ ਡਿਠਾ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਐ ਤੇਗ ਬਹਾਦਰ ਸਿਮਰਐ ਤੇਗ ਬਹਾਦਰ ਸਿਮਰਐ ਤੇਗ ਬਹਾਦਰ ਸਿਮਰਐ ਕਰਨੋਂ ਨਿਦ ਆਵੈ ਤਾਏ ਕਰਨੋਂ ਨਿਦ ਆਵੈ ਤਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸੋ ਸਤਿਗੁਰੂ ਜੀ ਆਪ ਜੀ ਦਾ ਬੇਅੰਤ ਬੇਅੰਤ ਸ਼ੁਕਰਾਨਾ ਆਪ ਜੀ ਨੇ ਪਾਵਨ ਪ੍ਰਕਾਸ਼ ਗੁਰਪੁਰਬ ਤੇ ਪਿਆਰੀਆਂ ਸੰਗਤਾਂ ਨੂੰ ਅੰਮ੍ਰਿਤ ਵੇਲੇ ਜੋੜਨ ਦਾ ਬਾਲ ਬਖਸ਼ਿਸ਼ ਕੀਤਾ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਸਾਡੀ ਸੰਸਾਰੀਆਂ ਦੀ लाज ਰੱਖਦੇ ਰਹਿਣਾ ਆਪਣੇ ਚਰਨਾਂ ਨਾਲ ਜੋੜ ਕਰਕੇ ਸਤਿਗੁਰੂ ਜੀ ਆਪਣੇ ਪਾਵਨ ਪ੍ਰਕਾਸ਼ ਗੁਰਪੁਰਬ ਹੋਰ ਸਮੂਹ ਵਿਅੰਤ ਆਉਣ ਵਾਲੇ ਪਰਉ ਮਨਾਉਣ ਦਾ ਬਾਲ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਕਰਨੀ ਆਪਣੇ ਚਰਨਾਂ ਨਾਲ ਜੋੜ ਕਰਕੇ ਪੰਥ ਦੀਆਂ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰਕੀਆਂ ਬਖਸ਼ਿਸ਼ ਕਰਨੀਆਂ ਜੀ ਆਓ ਅੰਤਲੇ ਸਮੇਂ ਫਤਿਹ ਬੁਲਾइए ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਹਾਰ ਸ੍ਰੀ ਅਕਾਲ ਬੋਲੇ ਸੋਨਿਹਾਰ ਸ੍ਰੀ ਅਕਾਲ ਬੋਲੇ ਸੋਨਿਹਾਰ ਸ੍ਰੀ ਅਕਾਲ ਬੋਲੇ ਸੋਨਿਹਾਰ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ